ਅਸੀਂ ਮੋਦੀ ਸਾਹਿਬ ਨੂੰ ਮੁਬਾਰਕਾਂ ਦੇਣਾ ਚਾਹੁੰਦੇ ਹਾਂ, ਸਾਡੀ ਪੁਕਾਰ ਸੁਣੀ। ਅੱਜ ਮੋਦੀ ਸਾਹਿਬ ਨੂੰ ਸਮੱਤ ਬਖਸ਼ੀ ਸਾਡੇ ਬਾਬਾ ਨਾਨਕ ਜੀ ਨੇ, ਤੇ ਅੱਜ ਸਾਡੇ ਵਿੱਚ ਖੁਸ਼ੀ ਦੀ ਲਹਿਰ ਹੈ, ਸਾਡੇ ਕਾਲੇ ਕਾਨੂੰਨ ਰੱਦ ਹੋਏ ਨੇ। ਇਹ ਕਿਸਾਨਾਂ ਦੀ ਜਿੱਤ, ਬਾਬੇ ਦੀ ਜਿੱਤ ਨਹੀਂ, ਬਾਬਾ ਕਿਸਾਨਾਂ ਦੀ ਡਿਊਟੀ ਕਰ ਰਿਹਾ। ਜਿਸ ਦੇ ਨਾਲ ਖੁਸ਼ੀ ਮਨਾਈ ਜਾ ਰਹੀ ਹੈ ਕਾਲੇ ਕਾਨੂੰਨ ਰੱਦ ਹੋਣ ਤੇ। ਜਿਹੜੇ ਚਿਹਰੇ ਕਿਤੇ ਮਰਝਾਏ ਹੋਏ ਸੀਗੇ ਕਿ ਕਦੋਂ ਜਿੱਤ ਹੋਊਗੀ, ਅੱਜ ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀ ਆ। ਬਿਲਕੁਲ, ਅੱਜ ਸਾਡੀ ਸਿਰਫ ਕਿਸਾਨਾਂ ਦੀ ਜਿੱਤ ਆ, ਕਿਸੇ ਰਾਜਨੀਤਿਕ ਪਾਰਟੀ ਦੀ ਜਿੱਤ ਨਹੀਂ, ਇਹ ਸਾਡੀ ਕਿਸਾਨਾਂ ਦੀ ਜਿੱਤ ਆ। ਇਹ ਤਸਵੀਰ ਚੰਡੀਗੜ੍ਹ ਦੇ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਜ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ। ਇਹ ਤਸਵੀਰਾਂ ਹੈ ਇਸ ਵੇਲੇ ਚੰਡੀਗੜ੍ਹ ਦੀਆਂ, ਜਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਜਿਹੜੇ ਪੰਜਾਬ ਜਿਹੜੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਐਲਾਨ ਕੀਤਾ ਹੈ ਕਿ ਕਾਲੇ ਕਾਨੂੰਨ ਨੂੰ ਰੱਦ ਕਰ, ਤਸਵੀਰਾਂ ਜ਼ਰੂਰ ਦਿਖਾਉਣਾ ਚਾਹਾਂਗੇ ਕਿਸ ਤਰੀਕੇ ਦੇ ਨਾਲ ਅੱਜ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਚੰਡੀਗੜ੍ਹ ਦੇ ਅੰਦਰ। ਕਿਸ ਤਰੀਕੇ ਨਾਲ ਦੇਖਦੇ ਹੋ, ਬਹੁਤ ਵੱਡਾ ਦਿਨ ਹੈ, ਬਹੁਤ ਲੰਬਾ ਸੰਘਰਸ਼ ਤੁਹਾਡਾ ਚੱਲਿਆ ਹੈ। ਵੇਖੋ ਜੀ, ਅੱਜ ਦਿਨ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਵਾਸਤੇ, ਅਸੀਂ ਮੋਦੀ ਸਾਹਿਬ ਨੂੰ ਵੀ ਮੁਬਾਰਕਾਂ ਦੇਣਾ ਚਾਹੁੰਦੇ ਹਾਂ, ਸਾਡੀ ਪੁਕਾਰ ਸੁਣੀ। ਇਹ ਕਰਕੇ ਉਹਨੇ ਬਹੁਤ ਵਧੀਆ ਕੀਤਾ ਕਾਨੂੰਨ ਰੱਦ ਕਰਕੇ, ਅੱਗੇ ਵੀ ਜਿਹੜੇ ਸਾਡੇ ਰਹਿ ਗਈਆਂ ਮੰਗਾਂ ਉਹ ਵੀ ਪੂਰੀਆਂ ਕੀਤੀਆਂ ਜਾਣ, MSV ਗਰੰਟੀ ਗਰਾਊਂਡ ਸਾਨੂੰ ਦਿੱਤਾ ਜਾਵੇ, ਬਾਕੀ ਜਿਹੜੇ ਹੋਏ ਪਰਚੇ ਆ ਉਹ ਸਾਡੇ ਸਾਰੇ ਜਿੰਨੇ ਵੀ ਸੰਘਰਸ਼ ਸੀ ਯੋਧਿਆਂ ਦੇ ਹੋਏ ਆ ਸਾਰੇ ਰੱਦ ਕੀਤੇ ਜਾਣ, ਜਿੰਨੇ ਸਾਡੀ ਸੰਗਤ ਸ਼ਹੀਦ ਹੋਈ ਆ 700 ਵੱਧ ਕਿਸਾਨ ਸ਼ਹੀਦ ਹੋਏ ਆ ਉਹਨਾਂ ਦਾ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ, ਇਹ ਅਸੀਂ ਡਿਮਾਂਡ ਅਜੇ ਵੀ ਕਰਦੇ ਹਾਂ। ਬਾਕੀ ਸੰਸਦ ਦੇ ਵਿੱਚ ਜਲਦੀ ਤੋਂ ਜਲਦੀ ਇਹਨੂੰ ਪਾਸ ਕੀਤਾ ਜਾਵੇ ਅਤੇ ਜਿਹੜੇ ਕਾਲੇ ਕਾਨੂੰਨ ਆ ਇਹਨਾਂ ਨੂੰ ਰੱਦ ਕੀਤਾ ਜਾਵੇ, ਜਿਹੜੇ ਕਾਨੂੰਨ ਸਾਨੂੰ ਲੋੜ ਆ ਉਹ ਸਾਨੂੰ ਦਿੱਤੇ ਜਾਣ। ਬਾਬਾ ਜੀ, ਇੱਕ ਲੰਬਾ ਸੰਘਰਸ਼ ਹੈ, ਵੱਡੀ ਜਿੱਤ ਹੋਈ ਆ ਇਹ ਭਾਈ, ਅੱਜ ਕਿਸਾਨਾਂ ਦੀ ਜਿੱਤ ਹੋਈ ਹੈ, ਗੁਰੂ ਨਾਨਕ ਦੇਵ ਨੇ ਜਿੱਤ ਕੀਤੀ, ਜਿਹਨੇ ਚਾਰ ਧਰਮਾਂ ਦਾ ਬੜਾ ਕੀਤਾ ਸੀ। ਇਹ ਕਿਸਾਨਾਂ ਦੀ ਜਿੱਤ, ਬਾਬੇ ਦੀ ਜਿੱਤ ਨਹੀਂ, ਬਾਬਾ ਕਿਸਾਨਾਂ ਦੀ ਡਿਊਟੀ ਕਰ ਰਿਹਾ ਸੀ। ਇਸ ਸੰਗਤ ਦੀ ਜਿਹੜੀ ਸੰਗਤ ਆ ਖੜੀ ਹੈ ਸਾਰੀ, ਇਹ ਸਾਰੀ ਸੰਗਤ ਦੀ ਭਾਈ ਜਿੱਤ, ਇਹਨਾਂ ਮੇਰਿਆਂ ਵੀਰਾਂ ਦੀ ਜਿੱਤ, ਇਹਨਾਂ ਮੇਰਿਆਂ ਪ੍ਰਧਾਨਾਂ ਦੀ ਜਿੱਤ, ਮੇਰੀ ਨਹੀਂ, ਇਹ ਕਿਸਾਨਾਂ ਦੀ ਜਿੱਤ। ਅੱਜ ਇਹਨਾਂ ਦੇ ਉੱਤੇ ਗੁਰੂ ਨਾਨਕ ਦੇਵ ਨੇ ਕਿਰਪਾ ਕੀਤੀ ਹੈ। ਵੀ ਇੱਕ ਵੱਡੇ ਸੰਘਰਸ਼ ਵਿੱਚ ਦੇਖਦੇ ਰਹੇ ਆ, ਤੁਸੀਂ ਵੀ ਜਿਸ ਤਰੀਕੇ ਦੇ ਨਾਲ ਸੰਘਰਸ਼ ਵਿੱਚ ਹਮੇਸ਼ਾ ਅੱਗੇ ਰਹੇ ਹੋ, ਚੰਡੀਗੜ੍ਹ ਦੇ ਵਿੱਚ ਇਹ ਉਹ ਸਾਰੇ ਚਿਹਰੇ ਨੇ ਜਿਨ੍ਹਾਂ ਨੇ ਇੱਕ ਸੰਘਰਸ਼ ਨੂੰ ਬੜੀ ਹੱਲਾਸ਼ੇਰੀ ਦਿੱਤੀ ਆ, ਔਰ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਲੋਕੀ ਜੁੜੇ ਨੇ, ਔਰ ਇੱਕ ਬਹੁਤ ਵੱਡਾ ਰੋਲ ਹੈ ਜੋ ਬਹੁਤ ਵੱਡੀ ਜਿੱਤ ਹੈ। ਅੱਜ ਸਾਡੇ ਬਾਬਾ ਨਾਨਕ ਜੀ ਦਾ ਜਨਮ ਦਿਨ ਹੈ, ਤੇ ਕਹਿੰਦੇ ਹੁੰਦੇ ਧੰਨ ਬਾਬਾ ਨਾਨਕ ਜੀ ਨੇ ਜੱਗ ਤਾਰਿਆ। ਅੱਜ ਮੋਦੀ ਸਾਹਿਬ ਨੂੰ ਸਮੱਤ ਬਖਸ਼ੀ ਸਾਡੇ ਬਾਬਾ ਨਾਨਕ ਜੀ ਨੇ, ਤੇ ਅੱਜ ਸਾਡੇ ਵਿੱਚ ਖੁਸ਼ੀ ਦੀ ਲਹਿਰ ਹੈ, ਸਾਡੇ ਕਾਲੇ ਕਾਨੂੰਨ ਰੱਦ ਹੋਏ ਨੇ, ਪਰਮਾਤਮਾ ਨੇ ਇਹ ਜਿਹੜੀ ਬਖਸ਼ ਸਾਨੂੰ ਅੱਜ ਦਿੱਤੀ ਹੈ। ਤੁਸੀਂ ਦੇਖੋ ਜਿਹੜੇ ਚਿਹਰੇ ਕਿਤੇ ਮਰਝਾਏ ਹੋਏ ਸੀਗੇ ਕਿ ਕਦੋਂ ਜਿੱਤ ਹੋਊਗੀ, ਅੱਜ ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀ ਆ, ਤੇ ਮਾਲਕ ਜਲਦੀ ਅਸੀਂ ਪੂਰੇ ਢੋਲ ਪੂਰੇ DJ ਦੇ ਨਾਲ ਅਸੀਂ ਦਿੱਲੀ ਦੀਆਂ ਸਰਹੱਦਾਂ ਤੋਂ ਨੱਚਦੇ ਟੱਪਦੇ ਵਾਪਸ ਆਵਾਂਗੇ। ਲੋਕ ਚੰਡੀਗੜ੍ਹ ਨੂੰ ਪੱਥਰਾਂ ਦਾ ਸ਼ਹਿਰ ਕਹਿੰਦੇ ਸੀ, ਪਰ ਇਹਨਾਂ ਪੱਥਰਾਂ ਦੇ ਸ਼ਹਿਰ ਦੇ ਨਿਵਾਸੀਆਂ ਨੇ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਇਹ ਲੜਾਈ ਲੜੀ ਆ, ਭਾਵੇਂ ਸਾਡੇ ਤੇ ਪਰਚੇ ਪਏ, ਭਾਵੇਂ ਜੋ ਮਰਜ਼ੀ ਹੋਇਆ, ਪਰ ਅਸੀਂ ਆਪਦੀ ਜਿੱਤ ਲੈ ਕੇ ਹੀ ਘਰੇ ਮੁੜੇ। ਅਸੀਂ ਮੀਡੀਆ ਤੇ ਹਮੇਸ਼ਾ ਕਹਿੰਦੇ ਸੀ ਕਿ ਜਿੱਤ ਕੇ ਘਰੇ ਵੜਾਂਗੇ ਜਾਂ ਸਾਡੀਆਂ ਲਾਸ਼ਾਂ ਜਾਣਗੀਆਂ। ਰਾਜਕੌਰ ਜੀ, ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ ਜ਼ਰੂਰ ਕ੍ਰੈਡਿਟ ਵਾਰ ਲੈਣ ਦੀ ਕੋਸ਼ਿਸ਼ ਕੀਤੀ, ਹਰ ਪਾਰਟੀ ਦੀ ਗੱਲ ਕੀਤੀ ਜਾਵੇ, ਆਲ ਪਾਰਟੀ ਮੀਟਿੰਗ ਹੁੰਦੀ ਹੈ, ਤਮਾਮ ਚੀਜ਼ਾਂ ਹੁੰਦੀਆਂ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨਾਂ ਦਾ ਸਟੈਂਡ ਹਮੇਸ਼ਾ ਇੱਕ ਰਿਹਾ ਕਿ ਅਸੀਂ ਕਿਸੇ ਪਾਰਟੀ ਨਾਲ ਨਹੀਂ? ਬਿਲਕੁਲ, ਅੱਜ ਸਾਡੀ ਸਿਰਫ ਕਿਸਾਨਾਂ ਦੀ ਜਿੱਤ ਆ, ਕਿਸੇ ਰਾਜਨੀਤਿਕ ਪਾਰਟੀ ਦੀ ਜਿੱਤ ਨਹੀਂ, ਇਹ ਸਾਡੀ ਕਿਸਾਨਾਂ ਦੀ ਜਿੱਤ ਹੈ। ਕਿਸਾਨਾਂ ਨੇ ਲੜਾਈ ਲੜੀ ਹੈ, ਰਾਜਨੀਤਿਕ ਪਾਰਟੀਆਂ ਰੋਟੀਆਂ ਸੇਕਣ ਦੇ ਚੱਕਰ 'ਚ ਬਹੁਤ ਆਈਆਂ, ਪਰ ਸਾਡੇ ਕਿਸਾਨਾਂ ਨੇ ਉਹਨਾਂ ਦੀ ਚੱਲਣ ਨਹੀਂ ਦਿੱਤੀ, ਸਾਡਾ ਸੰਯੁਕਤ ਮੋਰਚਾ ਕਾਇਮ ਰਿਹਾ, ਔਰ ਇਹ ਲੜਾਈ ਜਿੱਤ ਕੇ ਅੱਜ ਸਾਡੇ ਨੌਜਵਾਨ ਵੀਰ ਦੇਖੋ ਤੁਸੀਂ, ਬਹੁਤ ਖੁਸ਼ੀ ਦੀ ਗੱਲ ਹੈ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ। ਚੰਡੀਗੜ੍ਹ ਦੀਆਂ ਤਸਵੀਰਾਂ ਹੈ, ਤੁਸੀਂ ਦੇਖ ਸਕਦੇ ਹੋ ਖੁਸ਼ੀ ਦਾ ਮਾਹੌਲ ਹੈ ਚੰਡੀਗੜ੍ਹ ਦੇ ਵਿੱਚ। ਇਹ ਉਹ ਚੌਂਕ ਹੈ ਜਿਸ ਚੌਂਕ ਦਾ ਨਾਮ ਵੀ ਗੂਗਲ ਦੇ ਉੱਪਰ ਆ ਚੁੱਕਿਆ ਹੈ। ਲੰਬਾ ਸੰਘਰਸ਼ ਇਹਨਾਂ ਕਿਸਾਨਾਂ ਵੱਲੋਂ, ਅੱਜ ਇੱਕ ਜਿੱਤ ਹੋਈ ਹੈ, ਇਹ ਜਿੱਤ ਚੰਡੀਗੜ੍ਹ ਦੇ ਵਿੱਚ ਵੀ ਮਨਾਈ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਖੁਸ਼ੀ ਦਾ ਮਾਹੌਲ ਹੈ ਇਸ ਵੇਲੇ, ਮਿਠਾਈ ਬਣ ਕੇ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ, ਔਰ ਤਸਵੀਰ ਤੁਸੀਂ ਦੇਖ ਸਕਦੇ ਹੋ, ਤਸਵੀਰ ਜ਼ਰੂਰ ਦਿਖਾਉਣਾ ਚਾਹਾਂਗੇ ਚੰਡੀਗੜ੍ਹ ਦੀ, ਕਿਸ ਤਰੀਕੇ ਦੇ ਨਾਲ
चंडीगढ़ दे विच खुशी मनाई जा रही है जो एक काले कानून रद्द किए गए ने। बहुत बड़ा दिन है, गुरु नानक देव जी का प्रकाश पुरब है। उस दिन आज इस तरीके दे नाल खुशी का माहौल देखा जा रहा है। तुसी देख सकते हो तस्वीर लगातार अपने दर्शकों को दिखा रहे। इस वेले चंडीगढ़ दी तस्वीर है, खुशी तुसी देख सकते हो किस तरीके दे नाल मनाई जा रही है। ना चुके सी ना चुकेंगे, मोदी दी हैंकड़ पन्नी है, जित दी खुशी सारे सांझी कर रहे हैं सारे दे नाल। सारे संगठन साथियों का बहुत बहुत मुबारकां सानू। किसान बहुत खुशी दी गल है, मोदी ने बहुत अच्छा किया, पर जब तक साडा अपना दिल्ली कसुंद किसान मोर्चा जब तक साडा नहीं उठो के किसान आगू जब तक पूरा ऐलान नहीं करते, MESC नहीं होंगी जब तक लिखित नहीं होंगे, जब तक अही साढ़े जारी रहेगा। जो साढ़े संयुक्त किसान के मोर्चे आगू ऐलान कर देंगे फिर फसे। चंडीगढ़ दर्शकों किस तरीके चंडीगढ़ खुशी साहिब